ਬਾਹਰਲੀਆਂ ਸਟੇਟਾਂ 'ਚ ਜਦੋਂ ਹੜ੍ਹ ਆਉਂਦਾ ਭਚਾਲ ਆਉਂਦਾ ਤਾਂ ਪਾਣੀ ਦੀ ਬੋਤਲ 150 ਦੀ ਕਰ ਦਿੰਦੇ ਆ, ਆਪਣੇ ਇੱਧਰ ਮਾੜੀ ਜਿਹੀ ਹਨੇਰੀ ਝੱਖੜ ਹੋਵੇ ਅਤੇ ਥਾਂ ਥਾਂ ਬਾਬੇ ਨਾਨਕ ਦੇ ਲੰਗਰ ਲੱਗਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ, ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ। ਅਤੇ ਅੱਜ ਇਹੀ ਸਾਡਾ ਪੰਜਾਬ ਪਿਛਲੇ ਕੁਝ ਦਿਨਾਂ ਤੋਂ ਹੜ੍ਹਾਂ ਦੀ ਮਾਰ ਝੇਲ ਰਿਹਾ ਹੈ ਅਤੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹੜ੍ਹਾਂ ਨੇ ਐਸੀ ਤਬਾਹੀ ਮਚਾਈ ਹੈ ਜਿਸ ਨੂੰ ਦੇਖ ਕੇ ਸਰਕਾਰ ਨੇ ਵੀ ਘੁੱਟਣੇ ਟੇਕ ਦਿੱਤੇ ਹੈ। ਪਰ ਕੁਝ ਪੰਜਾਬੀ ਕਲਾਕਾਰਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਲੋਕਾਂ ਦੀ ਮਦਦ ਕੀਤੀ ਅਤੇ ਕੁਝ ਨੇ ਆਪਣੇ ਗੀਤਾਂ ਰਾਹੀਂ ਕੁਦਰਤ ਦੀ ਇਸ ਮਾਰ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਆਰਨੇਤ ਅਤੇ ਗੀਤਾ ਜ਼ੈਲਦਾਰ ਤੋਂ ਬਾਅਦ ਹੁਣ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਆਪਣੀ ਇਸ ਵੀਡੀਓ ਵਿੱਚ ਰਣਜੀਤ ਬਾਵਾ ਨੇ ਪੰਜਾਬ ਅਤੇ ਬਾਕੀ ਦੁਨੀਆ ਦੇ ਵਿੱਚ ਫਰਕ ਨੂੰ ਦੱਸਿਆ ਹੈ। ਰਣਜੀਤ ਬਾਵਾ ਨੇ ਕਿਹਾ ਕਿ ਦੁਨੀਆ ਦੇ ਵਿੱਚ ਹੋਰ ਕਿਤੇ ਵੀ ਜੇਕਰ ਕੁਦਰਤ ਤਬਾਹੀ ਮਚਾ ਦੇਵੇ ਤਾਂ ਉੱਥੇ ਪਾਣੀ ਦੀ ਬੋਤਲ ਤੱਕ ਮਹਿੰਗੀ ਹੋ ਜਾਂਦੀ ਹੈ, ਪਰ ਜੇਕਰ ਪੰਜਾਬ ਵਿੱਚ ਇੱਦਾਂ ਹੋ ਜਾਏ ਤਾਂ ਬਾਬੇ ਨਾਨਕ ਦੇ ਨਾਂ 'ਤੇ ਲੰਗਰ ਲਗਾ ਦਿੱਤੇ ਜਾਂਦੇ ਨੇ। ਤੁਸੀਂ ਵੀ ਦੇਖੋ ਰਣਜੀਤ ਬਾਵਾ ਨੇ ਕੀ ਕਿਹਾ ਇਸ ਵੀਡੀਓ ਦੇ ਵਿੱਚ। ਬਾਹਰਲੀਆਂ ਸਟੇਟਾਂ 'ਚ ਜਦੋਂ ਹੜ੍ਹ ਆਉਂਦਾ ਭਚਾਲ ਆਉਂਦਾ ਤਾਂ ਪਾਣੀ ਦੀ ਬੋਤਲ 150 ਦੀ ਕਰ ਦਿੰਦੇ ਆ, ਆਪਣੇ ਇੱਧਰ ਮਾੜੀ ਜਿਹੀ ਹਨੇਰੀ ਝੱਖੜ ਹੋਵੇ ਅਤੇ ਥਾਂ ਥਾਂ ਬਾਬੇ ਨਾਨਕ ਦੇ ਲੰਗਰ ਲੰਘਦੇ ਆ। ਇਹ ਆ ਪੰਜਾਬ ਦੀ ਖਾਸੀਅਤ। ਰਣਜੀਤ ਬਾਵਾ ਨੇ ਬਖੂਬੀ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਿਆਨ ਕੀਤਾ ਹੈ। ਅਸੀਂ ਦੁਆ ਕਰਾਂਗੇ ਕਿ ਸਾਡਾ ਪੰਜਾਬ ਇਸ ਤਬਾਹੀ ਤੋਂ ਛੇਤੀ ਉਭਰੇ ਤੇ ਲੋਕਾਂ ਦੇ ਬਰਬਾਦ ਹੋਏ ਘਰ ਇੱਕ ਵਾਰ ਫੇਰ ਆਬਾਦ ਹੋ ਜਾਣ। ਤੁਸੀਂ ਨਵੀਆਂ ਤੇ ਲੇਟੈਸਟ ਅਪਡੇਟਸ ਲਈ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ, ਤੇ ਐਂਟਰਟੇਨਮੈਂਟ ਦੀਆਂ ਹੋਰ ਖਬਰਾਂ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਸਵੇਰਾ ਸਟਾਰ ਟਾਕ। Hello everyone, my name is Devya Sethi. I am from Fagwada aur main 25 saal ki hoon. One of my friend from Jalandhar, unhone mujhe body fat ke bare mein bataya. Sirf 3 mahine yahan pe spend karne ke baad maine total weight loss yahan pe 16 kg kiya hai aur mera inch loss bhi 70 plus kiya hai. I would like to say please come here for a healthy weight loss and you will see the results. Thank you so much. ਸਾਡਾ ਅੱਜ ਤੋਂ ਵੇ ਸਜਣਾ।